ਹਾਂਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਦੇ ਪਹਿਲਾਂ ਕੀਤਾ ਨਵੀਂ ਗੱਡੀ ਦਾ ਤੇਲ ਪਾਣੀ ਚੈੱਕ ਤੇਲ ਪਾਣੀ ਚੈੱਕ ਕਰਨ ਤੋਂ ਬਾਅਦ ਗੱਡੀ ਕਰਤੀ ਸਟਾਰਟ ਫੇਰ ਕੀਤਾ ਦੂਜੀ ਗੱਡੀ ਦਾ ਤੇਲ ਪਾਣੀ ਚੱਕ ਉਹਦਾ ਤੇਲ ਪਾਣੀ ਚੈੱਕ ਕਰਨ ਤੋਂ ਬਾਅਦ ਉਹ ਵੀ ਗੱਡੀ ਕੀਤੀ ਸਟਾਰਟ ਸਟਾਰਟ ਕਰਨ ਤੋਂ ਬਾਅਦ ਗੱਡੀ ਗਰਮ ਹੋਈ ਉਦੋਂ ਤੱਕ ਆਪਾਂ ਨਾ ਨੂੰ ਕੇ ਬਾਜ਼ਾਰ ਜਾਣ ਲਈ ਹੋ ਗਏ ਤਿਆਰ ਆਪਾਂ ਨਾ ਤੋਂ ਕੇ 9 ਵਜੇ ਨਿਕਲ ਗਏ ਸੀ ਬਾਜ਼ਾਰ ਨੂੰ ਅੱਪਾ ਪਿੰਡ ਚ ਜਾਈਏ ਨੇ ਹਲੇ ਬਾਜ਼ਾਰ ਕੰਨੇ ਰੋੜ ਤੇ ਚੜਾਈਏ ਗੱਡੀ ਹਲੇ ਤਾਂ ਹੈਗੀਆਂ ਜਵੇਲੇ ਬਾਜ਼ਾਰ ਜਾ ਕੇ ਦੇਖਦੇ ਆ ਕੀ ਕਰਨਾ ਆਪਾਂ ਹਲੇ ਤਾਂ ਹੈਗੀਆਂ ਵੇਲੇ 3-4 ਵਜੇ ਚੱਲੇ ਨੇ ਚਾਚਾ ਜੀ ਨੇ ਕੀਤੀਆਂ ਗੱਡੀ ਦੀਆਂ ਲੇਟਾਂ ਠੀਕ ਥੋੜੀਆਂ ਲੇਟਾਂ ਨੇ ਗੱਡੀ ਦੀਆਂ ਘੱਟ ਸੀਗੀਆਂ ਉਸ ਤੋਂ ਬਾਅਦ ਆਪਣੇ ਲੈ ਆ ਗਏ ਢੇੜਾ ਅੱਪਾ ਤੇਲ ਪਵਾ ਕੇ ਨਿਕਲ ਗਏ ਸੀ ਢੇੜੇ ਤੇ ਸ਼ਾਮ ਦੇ 5 ਵਜੇ ਗਏ ਨੇ ਤੇਲ ਪਵਾ ਕੇ ਅੱਪਾ ਚੜਾ ਲਈ ਰੋੜ ਤੇ ਗੱਡੀ ਤੇ ਅੱਪਾ ਜਾਣਾ 19F 19 ਅਪ ਤੋਂ ਪਸੂ ਪਾ ਕੇ ਜਾਣਾ ਟੋਬੀ ਪਹੁੰਚ ਚੱਲੇ ਆ ਉਨਿਫ ਜਿੱਥੋਂ ਆਪਾਂ ਪਸ਼ੂ ਚੜਾਉਣੇ ਆ ਆਪਾਂ ਉੱਥੇ ਲਾਤੀ ਗੱਡੀ ਉਚੜਾ ਕੇ ਤੇ ਆਪਾਂ ਨਿਕਲ ਗਏ ਸਿੱਧੇ ਬਾਰੇ ਟੋਬੀ ਜਾਣ ਲਈ ਪਹਿਲਾਂ ਤਾਂ ਬਈ ਗੰਨੇ ਵਾਲੀ ਟਰਾਲੀ ਵਾਲਿਆਂ ਨੇ ਕੀਤਾ ਪ੍ਰੇਸ਼ਾਨ ਫੇਰ ਆ ਕੇ ਸਾਹਮਣੇੋਂ ਤਿੰਨ ਪੰਗ ਲਗਾਤਾਰ ਤੇ ਫੇਰ 15-20 ਮਿੰਟ ਤੱਕ ਵੇਟ ਕਰਨੀ ਪਈ ਤੇ ਫੇਰ ਆਪਾਂ ਪਹੁੰਚ ਚੱਲੇ ਸੋਨਾਂ ਦੇ ਘਰੇ ਤੋਂ ਬਾਅਦ ਬਈ ਆਪਾਂ ਉਹਨਾਂ ਦੇ ਪਸ਼ੂ ਲਾ ਕੇ ਤੇ ਆਪਾਂ ਨਿਕਲ ਗਏ ਸੋਨਾਂ ਦੇ ਪਿੰਡੋਂ ਆਪਣੇ ਪਿੰਡ ਨੂੰ ਤੇ ਆਪਾਂ ਪਹੁੰਚ ਗਏ ਗੱਤ ਸਿੰਘਪੁਰ ਹੁਣ ਆਪਾਂ ਸਿੱਧੇ ਜਾਵਾਂਗੇ ਕਰੇ ਬਜ਼ਾਰਨੀ ਵੜਦੇ ਬਾਰ-ਬਾਰ ਦੀ ਤੇ ਬਾਈ ਜੱਜ ਅੱਜ ਸੀ ਆਪਣਾ ਨਹੀਂ ਬੱਸ ਇਹੀ ਕੁਝ ਕੀਤਾ ਅਪ ਅੱਜ ਪੂਰੇ ਦਿਨ ਚ ਤੇ ਮਿਲਦੇ ਹਾਂ ਗੱਲ ਤੁਹਾਨੂੰ ਨਵੀਂ ਵੀਡੀਓ ਚ ਅੱਜ ਦੇ ਲਈ ਬਸ ਇੰਨਾ